ਫਿਰ ਪਾਇਆ ਆਪਾਂ ਨੇ ਇਹਦੇ 'ਚ ਅਦਰਕ, ਅਤੇ ਇਹਨੂੰ ਨਾ ਹੁਣ 5 ਮਿੰਟ ਦੇ ਲਈ ਆਪਾਂ ਨੇ ਚੰਗੀ ਤਰ੍ਹਾਂ ਬੋਇਲ ਕਰਨਾ। ਵੇਟ ਲੋਸ ਦੇ ਲਈ ਬਹੁਤ ਵਧੀਆ ਡਰਿੰਕ ਆ। ਹੁਣ ਸਬਜ਼ੀਆਂ ਜਿਹੜੀਆਂ ਸੀਗੀਆਂ ਉਹ ਵੀ ਕਟਿੰਗ ਕੀਤੀਆਂ ਸੀਗੀਆਂ, ਉਹ ਵੀ ਵਿੱਚ ਮਿਲਾ ਦੇਣੀਆਂ ਅਤੇ ਚੰਗੀ ਤਰ੍ਹਾਂ ਇਹਨੂੰ ਮਿਲਾ ਦੇਣਾ। ਜੋ ਸੂਜੀ ਦਾ ਚਿੱਲਾ, ਅਤੇ ਸੱਚੀ ਨੂੰ ਟੇਸਟ ਬਹੁਤ ਵਧੀਆ ਹੈ। ਅਤੇ ਥੋੜ੍ਹਾ ਬੈਟਰ ਬਚ ਗਿਆ ਸੀ, ਉਹ ਮੈਂ ਬ੍ਰੈਡ 'ਤੇ ਲਾ ਤਿਆ, ਅਤੇ ਹੁਣ ਬ੍ਰੈਡ ਟੋਸਟ ਬਣਾ ਦਿੰਦੀ ਆ ਦੋ ਸੂਜੀ ਵਾਲੇ। ਵੈਲਕਮ ਬੈਕ ਟੂ ਦਾ ਨਦਰ ਬਲੌਗ ਹੈ। ਸਵੇਰ ਦੇ ਵੱਜ ਗਏ ਨੇ 6, ਅਤੇ ਸਵੇਰੇ ਸਵੇਰੇ ਉੱਠ ਕੇ ਮੈਂ ਕਰ ਲਿਆ ਇੱਥੇ ਗਰਮ ਪਾਣੀ ਕਰ ਲਿਆ, ਬੱਚਿਆਂ ਦਾ ਕੱਦੂ ਦੁੱਧ ਕਰਤੇ ਆ। ਅਤੇ ਇੱਥੇ ਨਾ ਅੱਜ ਹੈਗਾ ਵੈਡਨਸਡੇ ਫੀਸਟ, ਅਤੇ ਉਹਦੇ ਲਈ ਮੈਂ ਬਣਾ ਰਹੀ ਹਾਂ ਉਤਪਮ, ਅਤੇ ਸਬਜ਼ੀਆਂ ਜਿਹੜੀਆਂ ਮੈਂ ਕੱਢ ਕੇ ਰੱਖ ਲਈਆਂ। ਅਤੇ ਇੱਕ ਲਈ ਹੈ ਮੈਂ ਸ਼ਿਮਲਾ ਮਿਰਚ, ਛੋਟਾ ਜਿਹਾ ਲਿਆ ਮੈਂ ਟਮਾਟਰ, ਜੋ ਇਹਦੇ ਬੀਜ ਕੱਢ ਦੂੰਗੀ ਮੈਂ, ਅਤੇ ਫਿਰ ਇਹਨੂੰ ਕਟਿੰਗ ਕਰੂੰਗੀ। ਅਤੇ ਪਿਆਜ਼ ਲਿਆ, ਇਹਦੇ 'ਚ ਮੈਂ ਅੱਧਾ ਪਿਆਜ਼ ਲਊਂਗੀ ਕਿਉਂਕਿ ਬੜਾ ਇਹ, ਅਤੇ ਛੋਟੀ ਮੈਂ ਲਈ ਹੈ ਇਹਦੇ 'ਚ ਗਾਜਰ। ਅਤੇ ਇਹਨਾਂ ਨੂੰ ਪਹਿਲੇ ਮੈਂ ਬਰੀਕ ਬਰੀਕ ਕਟਿੰਗ ਕਰੂੰਗੀ, ਅਤੇ ਉਸ ਤੋਂ ਬਾਅਦ ਸਬਜ਼ੀਆਂ ਕਟਿੰਗ ਕਰ ਲੈਂਦੀ ਹਾਂ, ਅਤੇ ਫਿਰ ਬਣਾਉਂਗੀ ਮੈਂ ਉਤਪਮ। ਅਤੇ ਦੂਜੀ ਦੀ ਵੇਟ ਕਰ ਰਹੀ ਆ, ਡੋਲੀ ਰੱਖੀ ਹੋਈ ਆ, ਦੂਜੀ ਆ ਜਾਏ ਅਤੇ ਉਸ ਤੋਂ ਬਾਅਦ ਫਿਰ ਕਰੂੰਗੀ ਮੈਂ ਪਾਠ। ਅਤੇ ਬਾਹਰ ਦਿਖਾ ਦਿਓ, ਬਾਹਰ ਹਨੇਰਾ ਹੋਇਆ ਪਿਆ, ਬਿਲਕੁਲ ਬਾਹਰ ਹਨੇਰਾ ਹੋਇਆ ਪਿਆ, ਬਟ ਹੁਣ ਦਿਨਾਂ 'ਚ ਪੈ ਗਿਆ ਥੋੜ੍ਹਾ ਫਰਕ, ਅੱਜ ਹਲਕਾ ਹਲਕਾ ਹੋ ਗਿਆ। ਅਤੇ ਟਾਈਮ ਹੋਇਆ 6:10, ਅਤੇ ਮੈਂ ਦੂਜੀ ਦੀ ਵੇਟ ਕਰਦੀ, ਦੂਜੀ ਆ ਜਾਏ ਅਤੇ ਇਹਨਾਂ ਮੈਂ ਸਬਜ਼ੀਆਂ ਕਟਿੰਗ ਕਰ ਲੈਂਦੀ ਹਾਂ, ਦੁੱਧ ਪਵਾ ਕੇ ਫਿਰ ਮੈਂ ਪਾਠ ਕਰ ਲੂੰਗੀ। ਦੂਜੀ ਆ ਗਿਆ ਸੀ ਅਤੇ ਦੁੱਧ ਮੈਂ ਲੈ ਲਿਆ, ਹੁਣ ਗੈਸ ਦੇ ਉੱਤੇ ਰੱਖ ਦਿਓ ਬਾਲ ਦੇਣ ਦੇ ਲਈ, ਅਤੇ ਗੈਸ ਹੁਣ ਮੈਂ ਕਰ ਦਿੰਦੀ ਹਾਂ ਸਿਮ। ਅਤੇ ਇੱਧਰ ਸਬਜ਼ੀ ਹੈ ਜਿਹੜੀ, ਉਹ ਵੀ ਮੈਂ ਕਟਿੰਗ ਕਰ ਲਈ ਸੀਗੀ, ਅਤੇ ਸਾਰੀਆਂ ਸਭ ਕਟਿੰਗ ਕਰ ਲਈਆਂ ਨੇ। ਪਿਆਜ਼ ਕਰ ਲਿਆ ਥੋੜ੍ਹਾ ਜਿਹਾ, ਮੈਂ ਪਿਆਜ਼ ਕੀਤਾ ਅੱਧੇ ਤੋਂ, ਥੋੜ੍ਹਾ ਘੱਟ ਟਮਾਟਰ ਕੀਤਾ, ਸ਼ਿਮਲਾ ਮਿਰਚ ਕੀਤੀ ਆ ਅੱਧੀ, ਅਤੇ ਅੱਧਾ ਕੀਤਾ ਗਾਜਰ, ਅਤੇ ਥੋੜ੍ਹਾ ਜਿਹਾ ਮੈਂ ਹਰਾ ਧਨੀਆ, ਕਿਉਂਕਿ ਤਾਜ ਵੰਸ਼ ਅਤੇ ਮੈਂ ਹੀ ਨਹੀਂ ਤਾਂ ਅੱਗੇ ਹੁੰਦਾ ਮੈਂ ਐਕਸਟਰਾ ਬਣਾ ਲੈਂਦੀ ਹਾਂ, ਅਤੇ ਮੰਮੀ ਹੁਣੇ ਵੀ ਸਾਰੇ ਖਾ ਲੈਂਦੇ ਨੇ। ਅਤੇ ਬਾਹਰ ਅੰਦਰਾਂ 'ਚ ਮੈਂ ਝਾੜੂ ਲਾ ਤਿਆ, ਬਾਹਰ ਵੀ ਲਗਾ ਤਿਆ, ਅਤੇ ਬਾਹਰ ਵੀ ਲਾਈਟਾਂ ਲੂਟਾਂ ਕਰ ਦਿੰਦੀ ਆ ਬੰਦ, ਕਿਉਂਕਿ 6:30 ਹੋ ਗਏ ਨੇ, ਅਤੇ 6:30 ਹੋ ਗਏ ਨੇ। ਹੁਣ ਗੈਸ ਕਰਤੇ ਸਿਮ, ਅਤੇ ਹੁਣ ਮੈਂ ਕਰ ਲੈਂਦੀ ਹਾਂ ਪਾਠ, ਕਿਉਂਕਿ ਦੂਜੀ ਦੀ ਵੇਟ ਕਰ ਰਹੀ ਸੀ ਨਾ, ਦੂਜੀ ਵਿੱਚ ਹੀ ਆ ਜਾਂਦਾ ਫਿਰ ਛੱਡਣਾ ਪੈਂਦਾ, ਅਤੇ ਹੁਣ ਆਰਾਮ ਨਾਲ ਮੈਂ ਬੈਠ ਕੇ ਪਾਠ ਕਰ ਲੈਂਦੀ ਹਾਂ। ਪਾਠ ਮੈਂ ਕਰ ਲਏ, ਅਤੇ ਹੁਣ ਮੈਂ ਵੇਟ ਕਰ ਰਹੀ ਹਾਂ ਦੁੱਧ, ਕਿਉਂਕਿ ਆਉਣ ਵਾਲੀ ਆ ਉਹ ਵਾਲੀ, ਅਤੇ ਨਾਲੇ ਮੈਂ ਬਦਾਮ ਲੱਗੀ ਹੋਈ ਛਿੱਲਣ ਦੇ ਲਈ। ਅਤੇ ਇੱਥੇ ਨਾ ਮੈਂ 1 ਗਲਾਸ ਪਾਣੀ ਰੱਖ ਲਿਆ ਆਪਣੇ ਲਈ, ਮੈਂ ਬਣਾ ਰਹੀ ਹਾਂ ਪਾਣੀ ਪੀਣ ਦੇ ਲਈ। ਅਤੇ 1 ਗਲਾਸ ਪਾਣੀ ਦੇ ਵਿੱਚ ਹੁਣ ਮੈਂ ਥੋੜ੍ਹਾ ਜਿਹਾ ਇਹਦੇ 'ਚ ਹਲਦੀ ਪਾਤੀ, ਮੈਂ ਥੋੜ੍ਹੀ ਜਿਹੀ ਪਾਈ ਕਾਲੀ, ਅਤੇ 1 ਪਾਈ ਇਹਦੇ 'ਚ ਦਾਲਚੀਨੀ। ਫਿਰ ਪਾਇਆ ਆਪਾਂ ਨੇ ਇਹਦੇ 'ਚ ਅਦਰਕ, ਅਤੇ ਇਹਨੂੰ ਨਾ ਹੁਣ 5 ਮਿੰਟ ਦੇ ਲਈ ਆਪਾਂ ਨੇ ਚੰਗੀ ਤਰ੍ਹਾਂ ਬੋਇਲ ਕਰਨਾ, ਅਤੇ ਛਾਣ ਕੇ ਫਿਰ ਇਹ ਪਾਣੀ ਪੀਣਾ, ਅਤੇ ਇਹ ਬਹੁਤ ਵਧੀਆ ਹੁੰਦਾ ਵੇਟ ਲੋਸ ਦੇ ਲਈ, ਬਹੁਤ ਵਧੀਆ ਡਰਿੰਕ ਆ। ਅਤੇ ਹੁਣ 10 ਦਿਨ ਮੈਂ ਟਰਾਈ ਕਰਕੇ ਦੇਖਦੀ ਹਾਂ ਡੇਲੀ ਪੀਊਂਗੀ ਇਹ ਵਾਲੀ ਡਰਿੰਕ, ਅਤੇ ਹੁਣ 5 ਮਿੰਟ ਦੇ ਲਈ ਇਹਨੂੰ ਰਸਾਉਣਾ, ਅਤੇ ਉਸ ਤੋਂ ਬਾਅਦ ਛਾਣ ਕੇ ਪੀ ਲੈਣਾ ਬਸ। ਇਸ ਡਰਿੰਕ ਹੈ ਜਿਹੜੀ ਮੇਰੀ ਹੋ ਗਈ ਆ ਰੇੜੀ, ਅਤੇ ਛਾਣਨ ਦੇ ਲਈ ਠੰਡੀ ਹੋਰ ਥੋੜ੍ਹੀ ਠੰਡੀ ਹੋ ਜਾਵੇ ਨਾ, ਅਤੇ ਇੰਨਾ ਮੈਂ ਸੂਜੀ ਦਾ ਘੋਲ ਹੈ ਜਿਹੜਾ ਉਹ ਰੇੜੀ ਕਰ ਲੈ ਦਿੰਦੀ ਆ। ਉਤਪਮ ਦੇ ਲਈ ਸੂਜੀ ਪਾਤੀ ਹੈ ਇਹਦੇ 'ਚ, ਗੈਸ 1.5 ਕੌਲੀ ਮੈਂ ਲਈ ਸੂਜੀ, ਅਤੇ ਉਸ ਤੋਂ ਬਾਅਦ ਫਿਰ ਪਾਤੀ ਆ ਦਹੀਂ 1 ਕੌਲੀ, ਅਤੇ ਹੁਣ ਇਹਨੂੰ ਚੰਗੀ ਤਰ੍ਹਾਂ ਪਾਣੀ ਕਰ ਦੇਣਾ ਮਿਕਸ। ਸੂਜੀ 'ਚ ਪਾਣੀ ਪਾ ਕੇ ਮੈਂ ਇਹਨੂੰ ਰੱਖਤਾ ਹੁਣ, ਅਤੇ ਢੱਕ ਕੇ ਰੱਖ ਦਿੰਦੇ ਹਾਂ, ਕਿਉਂਕਿ ਨਾ ਸੂਜੀ ਫੁੱਲੂਗੀ ਜੇ ਬਾਅਦ 'ਚ ਵੀ ਆਪਾਂ ਨੂੰ ਲੱਗਿਆ ਤਾਂ ਆਪਾਂ ਇਹਦੇ 'ਚ ਪਾਣੀ ਐਡ ਕਰ ਸਕਦੇ ਹਾਂ। ਅਤੇ ਹੁਣ ਇਹਨੂੰ ਮੈਂ ਢੱਕ ਕੇ ਰੱਖ ਦਿੰਦੀ ਹਾਂ ਤਾਂ ਕਿ ਸੂਜੀ ਆ ਜਿਹੜੀ ਉਹ ਚੰਗੀ ਤਰ੍ਹਾਂ ਫੁੱਲ ਜਾਵੇ। ਜਦੋਂ ਬਾਅਦ 'ਚ ਫਿਰ ਮੈਂ ਇਹਦੇ 'ਚ ਜਿਹੜੀਆਂ ਸਬਜ਼ੀਆਂ ਮੈਂ ਕਟਿੰਗ ਕੀਤੀਆਂ ਸੀਗੀਆਂ ਉਹ ਮੈਂ ਐਡ ਕਰ ਦੂੰਗੀ, ਜਿਹੜੀਆਂ ਸਬਜ਼ੀਆਂ ਮੈਂ ਕੀਤੀਆਂ ਸੀ ਨਾ, ਅਤੇ ਆਹ ਵਾਲੀਆਂ ਸਬਜ਼ੀਆਂ ਮੈਂ ਸਾਰੀਆਂ ਇਹਦੇ 'ਚ ਐਡ ਕਰ ਦੂੰਗੀ, ਅਤੇ ਉਹਦੇ 'ਚ ਨਮਕ ਅਤੇ ਥੋੜ੍ਹਾ ਜਿਹਾ ਮਤਲਬ ਕਿ ਮਿਰਚ ਮੁਰਚ ਪਾਣੀ ਹੋਈ ਤਾਂ ਪਾ ਦੂੰਗੀ।
ਅਤੇ ਹੁਣ ਢੱਕ ਕੇ ਰੱਖ ਦਿੰਦੀ ਹਾਂ। ਅਤੇ ਬਦਾਮ ਪੇਲ ਛਿੱਲ ਹੋ ਗਏ ਨੇ ਅਤੇ ਆਪਣੀ ਡਰਿੰਕ ਆ ਜਿਹੜੀ ਉਹ ਠੰਡੀ ਹੋ ਰਹੀ ਹੈ। ਇੰਨਾ ਮੈਂ ਤਾਜ ਬੰਸ਼ ਨੂੰ ਕਰ ਦਿੰਦੀ ਹਾਂ, ਉਠਾਲ ਦਿੰਦੀ ਹਾਂ। ਮੈਂ ਸੂਜੀ ਆ ਜਿਹੜੀ ਉਹ ਫੁੱਲ ਗਈ ਆ ਅਤੇ ਹੁਣ ਆਪਾਂ ਇਹਦੇ 'ਚ ਥੋੜ੍ਹਾ ਜਿਹਾ ਪਾਣੀ ਐਡ ਕਰੋਗੇ, ਕਿਉਂਕਿ ਥੋੜ੍ਹਾ ਜਿਹਾ ਪਾਣੀ ਕਰਨਾ ਅਤੇ ਫਿਰ ਇਹਨੂੰ ਚੰਗੀ ਤਰ੍ਹਾਂ ਮਿਲਾ ਦੇਣਾ। ਆਪਾਂ ਇਹਦੇ 'ਚ ਐਡ ਕਰੋਗੇ ਅੱਧਾ ਚਮਚ ਨਮਕ, ਹੋਰ ਪਾਤਾ ਨਮਕ ਥੋੜ੍ਹਾ ਜਿਹਾ, ਅਤੇ ਅੱਧਾ ਚਮਚ ਆਪਾਂ ਕਰਾਂਗੇ ਇਹਦੇ 'ਚ ਕਾਲੀ ਮਿਰਚ। ਹੁਣ ਸਬਜ਼ੀਆਂ ਜਿਹੜੀਆਂ ਸੀਗੀਆਂ ਉਹ ਵੀ ਕਟਿੰਗ ਕੀਤੀਆਂ ਸੀਗੀਆਂ, ਉਹ ਵੀ ਵਿੱਚ ਮਿਲਾ ਦੇਣੀਆਂ ਅਤੇ ਚੰਗੀ ਤਰ੍ਹਾਂ ਇਹਨੂੰ ਮਿਲਾ ਦੇਣਾ। ਬੈਟਰ ਨੂੰ ਚੰਗੀ ਤਰ੍ਹਾਂ ਇਹਦੇ 'ਤੇ ਫੈਲਾ ਲੈਣਾ, ਤਵੇ 'ਤੇ ਥੋੜ੍ਹਾ ਜਿਹਾ ਓਇਲ ਲਾ ਕੇ, ਕਿਤੇ ਗੈਸ ਹੋਣਾ ਚਾਹੀਦਾ ਸਿਮ, ਅਤੇ ਨੀਚੇ ਤੋਂ ਜਦੋਂ ਪੱਕ ਜਾਏਗਾ ਚੰਗੀ ਤਰ੍ਹਾਂ ਤਾਂ ਹਲਕਾ ਹਲਕਾ ਕਰਕੇ ਦੇਖਣਾ ਅਤੇ ਫਿਰ ਆਪਾਂ ਅਤੇ ਇਵੇਂ ਦਾ ਮਤਲਬ ਕਿ ਇਹ ਬਣੂਗਾ ਜੋ ਸੂਜੀ ਦਾ ਚਿੱਲਾ। ਅਤੇ ਸੱਚੀ ਨੂੰ ਟੇਸਟ ਬਹੁਤ ਵਧੀਆ ਹੈ, ਅਤੇ ਥੋੜ੍ਹਾ ਬੈਟਰ ਬਚ ਗਿਆ ਸੀ ਉਹ ਮੈਂ ਬ੍ਰੈਡ 'ਤੇ ਲਾ ਤਿਆ, ਅਤੇ ਹੁਣ ਬ੍ਰੈਡ ਟੋਸਟ ਬਣਾ ਦਿੰਦੀ ਆ ਦੋ ਸੂਜੀ ਵਾਲੇ। ਇਸ ਟੋਸਟ ਹੈ ਜਿਹੜੇ ਉਹ ਵੀ ਮੇਰੇ ਬਣ ਗਏ, ਅਤੇ ਇੱਧਰ ਤੋਂ ਮੈਂ ਦੇਸੀ ਘਿਓ ਦੇ ਨਾਲ ਕਰਤੇ ਨੇ ਅਤੇ ਇੱਧਰ ਤੋਂ ਵੀ ਬਣ ਗਿਆ ਮੇਰਾ, ਅਤੇ ਹਲਕਾ ਜਿਹਾ ਹੋਰ, ਅਤੇ ਇਹਦੇ ਨਾਲ ਮੈਂ ਵੰਸ਼ ਵਾਲੇ ਚਿੱਲੀ ਫਲੇਕਸ ਅਤੇ ਥੋੜ੍ਹੇ ਜਿਹੇ ਮੈਂ ਔਰਗੈਨੋ ਪਾ ਦਿੱਤੇ ਸੀਗੇ, ਅਤੇ ਹੁਣ ਥੋੜ੍ਹਾ ਜਿਹਾ ਇਹਨੂੰ ਹੋਰ ਸੇਕ ਲਗਵਾ ਦਿਓ, ਕਰੰਚੀ ਜੇ ਬਣ ਜਾਂਦੇ ਆ ਨਾ ਫਿਰ ਟੇਸਟੀ ਲੱਗਦੇ ਆ। ਇਸ ਟਾਈਮ ਹੋ ਚੁੱਕਿਆ 7:15 ਦਾ, ਅਤੇ ਤਾਜ ਵੰਸ਼ ਵੀ ਰੇਡੀ ਹੋ ਗਏ ਨੇ ਅਤੇ ਬੈਗ ਪੈਕ ਕਰਤੇ ਨੇ, ਬੋਟਲਸ ਵਗੈਰਾ ਪਾਤੀ ਆ, ਟਿਫਨ ਪਾਤੇ ਨੇ। ਗੁੱਡ ਮਾਰਨਿੰਗ ਤਾਜ, ਗੁੱਡ ਮਾਰਨਿੰਗ ਗੁਰਵੰਸ਼। ਤਾਜ ਨੇ ਵਾਚ ਲੈ ਲਈ ਅਤੇ ਇੱਧਰ ਬਨੀ ਜੀ ਵੀ ਆ ਗਏ, ਬਸ ਹਾਲੇ ਆਏ ਨਹੀਂ ਹੈਗੇ ਪਾਪਾ ਤੁਹਾਰੇ। ਅਤੇ ਹੁਣ ਇਹਨਾਂ ਦੇ ਜਾਣ ਤੋਂ ਬਾਅਦ ਮੈਂ ਨਾਲ ਹੀ ਲਾ ਲਈ ਸੀ ਇਹਨਾਂ ਨੂੰ ਰੇਡੀ ਕਰਦੇ ਕਰਦੇ ਮਸ਼ੀਨ, ਅਤੇ ਇੱਕ ਵਾਰੀ ਦੇ ਕੱਪੜੇ ਹੋ ਗਏ ਅਤੇ ਇੱਕ ਵਾਰੀ ਦੇ ਰਹਿ ਗਏ ਨੇ, ਕਿਉਂਕਿ ਵਿੱਚ ਨੂੰ ਧੋ ਹੀ ਹੋ ਜਾਂਦੇ ਨੇ, ਅਤੇ ਨਾਲ ਹੀ ਹੁਣ ਮੈਂ ਪੋਚੇ ਪੋਚੇ ਰਹਿ ਗਏ ਨੇ, ਪੋਚੇ ਲਗਾ ਦਿੰਦੀ ਹਾਂ, ਅਤੇ ਇੱਧਰ ਆ ਗਏ ਬੰਡੀ ਜੀ ਵੀ ਆ ਗਏ ਨੇ, ਆ ਲਓ ਚਾਬੀ, ਅਤੇ ਬਾਕੀ ਦਾ ਕੰਮ ਹੁਣ ਨਿਬੇੜੂੰਗੀ ਮੈਂ ਇਹਨਾਂ ਦੇ ਜਾਣ ਤੋਂ ਬਾਅਦ। ਓਕੇ ਪੁੱਤ, ਸਮਾਨ ਸਾਰਾ ਪਾਇਆ ਹੋਇਆ, ਤੂੰ ਕੁਕਿੰਗ ਛੋੜ ਦੇ, ਇਹ ਮੇਰੀ ਹੈ। ਗੁਰਤਾਜ ਕਿਆ ਕਰ ਰਿਹਾ ਹੈ ਤੂੰ, ਮੈਂ ਕਰ ਲੂੰਗੀ, ਇਹ ਮੇਰਾ ਟੋਸਟ ਹੈ, ਮੈਂ ਚਾਏ ਕੇ ਸਾਥ ਖਾਣੇ ਕੇ ਲੀ ਨਾ, ਸਿਰਫ ਇੱਕ ਔਰ ਇੱਕ ਉਤਪਮ, ਉਤਪਮ 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 ਸ਼ੇਪ ਵੈਸੀ ਹੈ ਚਿੱਲੇ ਜੈਸੀ ਹੈ, ਇਸਮੇ ਨਹੀਂ ਹੈ, ਇਸਮੇ ਤੁਹਾਰਾ ਵੋ ਪਪ ਪਿਆ ਵੋ ਚਾ ਹੁਆ, ਸਕੂਲ ਮੇਂ ਦੇਖਣਾ ਆਪ, ਜਲ ਪਾਪਾ ਆ ਗਏ, ਜਲਦੀ ਆ ਜਾ। ਤਾਜਵੰਸ਼ ਚਲ ਗਏ ਨੇ ਸਕੂਲ, ਅਤੇ ਉਸ ਤੋਂ ਬਾਅਦ ਮੈਂ ਆਪਣਾ ਕੱਪੜਿਆਂ ਦਾ ਕੰਮ ਸੀਗਾ ਜਿਹੜਾ ਉਹ ਨਿਬੇੜਤੇ ਆ, ਅਤੇ ਹੁਣ ਕੱਪੜੇ ਆ ਜਿਹੜੇ ਮੈਂ ਉੱਪਰ ਪਾ ਜਾਂਦੀ ਹਾਂ ਬਾਹਰ ਧੋ ਕੇ ਰੱਖ ਲਏ ਨੇ, ਅੰਦਰਾਂ 'ਚ ਪੋਚੇ ਲਗਾ ਤੇ, ਅਤੇ ਹੁਣ ਫੈਨ ਵੀ ਬੰਦ ਕਰ ਦਿੰਦੀ ਹਾਂ, ਕਿਉਂਕਿ ਨਾ ਇੰਨਾ ਫੈਨ ਨਾ ਚਲਾਓ ਨਾ ਥੋੜ੍ਹੇ ਸੁੱਕਦੇ ਨਹੀਂ ਹੈਗੇ, ਬਟ ਛੇਤੀ ਸੁੱਕ ਜਾਂਦੇ ਆ, ਅਤੇ ਤਾਂ ਕਰਕੇ ਮੈਂ ਸਾਰੇ ਫੈਨ ਬੰਦ ਕਰ ਦਿੰਦੀ ਹਾਂ। ਅਤੇ ਹੁਣ ਵਿਹੜੇ 'ਚ ਆ ਜਿਹੜਾ ਮੈਂ ਉਹ ਬਾਅਦ 'ਚ ਲਗਾਉਂਗੀ, ਪਹਿਲੇ ਮੈਂ ਉੱਪਰ ਕੱਪੜੇ ਪਾ ਜਾਂਦੀ ਆ ਜਿਹੜੇ ਧੋਤੇ ਆ, ਲਗਾਤੇ ਅਤੇ ਕੱਪੜੇ ਵੀ ਪਾਏ ਸੀ ਉੱਪਰ, ਧੁੱਪ ਸੀਗੀ, ਅਤੇ ਹੁਣ ਰੋਟੀ ਆ ਜਿਹੜੀ ਉਹ ਬਣਾਉਂਗੀ ਮੈਂ ਠਹਿਰ ਕੇ, ਵਾਸ਼ਰੂਮ ਵਗੈਰਾ ਸਾਰਾ ਕਲੀਨ ਕਰਤੇ, ਅਤੇ ਅੰਦਰਾਂ 'ਚ ਸਾਰੇ 'ਚ ਪੋਚੇ ਲਗਾਤੇ, ਬੰਨੀ ਜੀ ਦੇ ਬੂਟ ਸੀਗੇ ਧੋਤੇ ਉਹ ਮੈਂ ਨੀਚੇ ਹੀ ਪਾ ਦਿੱਤੇ ਨੇ, ਕਿਉਂਕਿ ਕੱਪੜੇ ਮੈਂ ਪਹਿਲਾਂ ਹੀ ਪਾਇਆ ਹੀ ਸੀਗੀ, ਅਤੇ ਉਸ ਤੋਂ ਬਾਅਦ ਫਿਰ ਪੋਚੇ ਪੋਚੇ ਲਗਾਤੇ ਸੀਗੇ, ਅੰਦਰਾਂ 'ਚ ਵੀ ਸਾਰਾ ਸਾਫ਼ ਕਰਤੇ ਆ ਸੀਗਾ, ਅਤੇ ਵਾਸ਼ਰੂਮ ਵੀ ਸਾਰਾ ਕਲੀਨ ਕਰਤੇ ਆ, ਅਤੇ ਹੁਣ ਹਾਲੇ ਵਜੇ ਆ, ਅਤੇ ਟਾਵਲ ਹੈ ਜਿਹੜਾ ਮੇਰਾ ਉਹ ਗਿਰ ਗਿਆ, ਕਿਉਂਕਿ ਇੰਨਾ ਨੀਚੇ ਚੱਲ ਪਈ ਆ, ਹਵਾ ਚੱਲ ਰਹੀ ਆ, ਅਤੇ ਉਹਦੇ ਕਰਕੇ ਨਾ ਮੈਂ ਇੱਥੇ ਹੀ ਪਾਇਆ ਸੀ ਟਾਵਲ, ਗਿੱਲਾ ਸੀਗਾ, ਅਤੇ ਇਹਨੂੰ ਪਾਵਾਂਗੀ ਕੁਰਸੀ 'ਤੇ, ਨਹੀਂ ਤਾਂ ਗਿਰਜੇਗਾ, ਫਿਰ ਚੇਅਰ ਰੱਖ ਲੈਂਦੀ ਆ ਉਹਦੇ 'ਤੇ ਪਾ ਦਿੰਦੀ ਹਾਂ। ਅਤੇ ਹਾਲੇ ਟਾਈਮ ਹੋ ਚੁੱਕਿਆ ਹੈ 10:00 ਨੇ, ਅਤੇ 10:00 ਨੇ ਪਰ ਰੋਟੀ ਹਾਲੇ ਉਹ ਖਾਊਂਗੇ ਲੇਟ, ਕਿਉਂਕਿ ਬੰਨੀ ਜੀ ਆਉਂਗੇ, ਫਿਰ ਉਸ ਤੋਂ ਬਾਅਦ ਫਿਰ ਖਾਊਗੇ ਅਸੀਂ ਰੋਟੀ, ਅਤੇ ਉਹ ਇੰਨਾ ਆਪਣਾ ਰੈਸਟ ਕਰ ਲੈਂਦੇ ਆ ਥੋੜ੍ਹੀ ਦੇਰ, ਕਿਉਂਕਿ ਸਵੇਰੇ ਨਾ ਮੈਂ ਉਹ ਚਾਹ ਨਾਲ ਖਾ ਲਏ ਸੀਗੇ ਜਿਹੜੇ ਤਾਜ ਦੇ ਬਣਾਏ ਸੀ ਨਾ, ਉਪਮਾ ਬਣਾਇਆ ਸੀਗਾ,
ਤੇ ਉਤਪਮ ਕਰਕੇ ਤੇ ਉਤਪਮ ਖਾਇਆ ਤੇ ਉਸ ਤੋਂ ਬਾਅਦ ਇੱਕ ਬ੍ਰੈਡ ਸੀਗਾ ਉਹ ਵੀ ਖਾ ਲਿਆ ਸੀਗਾ ਤੇ ਹੁਣ ਭੁੱਖ ਹੈ ਨਹੀਂ ਹੈ ਹਲੇ ਤੇ ਚਾਹ ਵੀ ਪੀ ਲਈ ਸੀਗੀ ਲੇਟ ਹੀ ਪੀ ਸੀਗੀ ਫਿਰ ਤੇ ਹਲੇ ਚਲੋ ਲੇਟ ਹੀ ਆਪਣਾ ਰੋਟੀ ਰੋਟੀ ਖਾਊਂਗੇ ਫਿਰ ਅਸੀਂ ਤੇ ਇਹਨਾਂ ਕਰ ਲੈਂਦੇ ਹਾਂ ਥੋੜ੍ਹੀ ਜਿਹੀ ਰੈਸਟ ਇਸ ਟਾਈਮ ਹੋ ਚੁੱਕਿਆ 1:50 ਦਾ ਟਾਈਮ ਹੋ ਗਿਆ ਅਤੇ ਬਣੀ ਜੀ ਗਏ ਤਾਜ ਵੰਸ਼ ਨੂੰ ਲੈਣ ਦੇ ਲਈ ਅਤੇ ਹਵਾ ਇੰਨੀ ਚੱਲ ਰਹੀ ਹੈ ਨਾ ਅਤੇ ਕੱਪੜੇ ਮੇਰੇ ਸੁੱਕ ਗਏ ਸੀ ਅਤੇ ਮੈਂ ਕੱਪੜੇ ਵੀ ਉਤਾਰ ਲਏ ਅਤੇ ਹੁਣ ਇਹਨਾਂ ਨੂੰ ਤੈਅ ਲਗਾ ਲੈਂਦੀ ਹਾਂ ਅਤੇ ਤਾਜ ਵੰਸ਼ ਦੇ ਕੱਪੜੇ ਵੀ ਕੱਢ ਕੇ ਰੱਖਦੇ ਨਹੀਂ ਆ ਕੇ ਚੇਂਜ ਕਰ ਲੂੰਗੇ ਅਤੇ ਪਹਿਲੇ ਉਹਨਾਂ ਨੂੰ ਦੂੰਗੀ ਗੁਲਕੋਂਡੀ ਅਤੇ ਫਿਰ ਦੂੰਗੀ ਉਹਨਾਂ ਨੂੰ ਰੋਟੀ ਅਤੇ ਸੱਚੀ ਨੂੰ ਸਾਹ ਚੜ੍ਹ ਜਾਂਦਾ ਹੈ ਅਤੇ ਹਵਾ ਇੰਨੀ ਗੰਦੀ ਚੱਲ ਰਹੀ ਹੈ ਨਾ ਬਾਹਰ ਵਿਹੜੇ 'ਚ ਪੋਚਾ ਲਾਇਆ ਸੀ ਬਟ ਇੰਨੀ ਮਿੱਟੀ ਹੋ ਰਹੀ ਆ ਨਾ ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਅਤੇ ਸਾਰਾ ਵਿਹੜਾ ਨਾ ਦੁਬਾਰੇ ਭਰ ਗਿਆ ਮਿੱਟੀ ਦੇ ਵਿੱਚ ਅਤੇ ਪਹਿਲੇ ਤੈਅ ਤੂੰ ਲਾ ਲੈਂਦੀ ਹਾਂ ਅਤੇ ਤਾਜ ਵੰਸ਼ ਆ ਜਾਣ ਅਤੇ ਫਿਰ ਉਸ ਤੋਂ ਬਾਅਦ ਫਿਰ ਮਾਰੂੰਗੀ ਜੀ ਬਾਹਰ ਝਾੜੂ ਪਰ ਫਾਇਦਾ ਕੋਈ ਹੈ ਨਹੀਂ ਹੈ ਕਿਉਂਕਿ ਮਿੱਟੀ ਆਈ ਜਾਂਦੀ ਆ ਬਾਰ ਬਾਰ ਤਾਜ ਵੰਸ਼ ਜੀ ਆ ਗਏ ਨੇ ਸਕੂਲ ਤੋਂ ਅਤੇ ਹੁਣ ਗੁਲਕੋਂਡੀ ਪੀ ਲਈ ਆ ਅਤੇ ਮੈਂ ਕੱਪੜੇ ਦੀ ਤੈਅ ਵੀ ਲਗਾ ਤੀ ਅਤੇ ਹੁਣ ਮੈਂ ਲੱਗੀ ਹਾਂ ਇਹਨਾਂ ਦੇ ਲਈ ਰੋਟੀ ਬਣਾਉਣ ਦੇ ਲਈ ਅਤੇ ਨਾਲ ਹੀ ਨਾਲ ਮੈਂ ਰੱਖ ਲਈ ਆ ਇੱਥੇ ਮੂੰਗੀ ਮਸਰੀ ਦੀ ਦਾਲ ਅਤੇ ਦਾਲ ਨੂੰ ਚੰਗੀ ਤਰ੍ਹਾਂ ਧੋ ਲਿਆ ਅਤੇ ਪਾਣੀ ਰੱਖ ਤਿਆ ਅਤੇ ਹੁਣ ਨਾਲ ਦੀ ਨਾਲ ਰੋਟੀ ਬਣਾਈ ਜਾਂਦੀ ਆ ਅਤੇ ਨਾਲ ਦੀ ਨਾਲ ਦਾਲ ਆਪਣਾ ਦੇਖੀ ਜਾਊਂਗੀ ਅਤੇ ਬਾਅਦ 'ਚ ਇਹਦਾ ਮਸਾਲਾ ਤੜਕ ਦੂੰਗੀ ਅਤੇ ਤੜਕਾ ਲਾ ਦੂੰਗੀ ਅਤੇ ਪਹਿਲੇ ਰੋਟੀ ਬਣਾ ਦਿੰਦੀ ਆ ਕਿਆ ਖਾਂਦਾ ਤਾ ਅੱਜ ਭੁੱਖ ਲੱਗ ਰਹੀ ਹੈ ਨਹੀਂ ਚਲੋ ਰੋਟੀ ਬਣਾ ਰਹੀ ਹਾਂ ਮੈਂ ਚਲੋ ਇਹ ਮੇਰਾ ਲੱਡੂ ਪੁੱਤਰ ਦੀ ਲੱਗ ਗਈ ਆ ਟਿਊਸ਼ਨ ਅਤੇ ਹੁਣ ਮੈਂ ਦਾਲ ਤਾਂ ਇੱਥੇ ਕਰ ਲਈ ਸੀਗੀ ਪਹਿਲਾਂ ਹੀ ਜਦੋਂ ਚਾਹ ਦੇ ਟਾਈਮ ਅਤੇ ਹੁਣ ਤੜਕਾ ਰਹਿ ਰਿਹਾ ਸੀਗਾ ਹੁਣ ਮੈਂ ਇਹਦੇ ਲਈ ਪਿਆਜ਼ ਕਟਿੰਗ ਕਰ ਲਏ ਨੇ ਬਾਰੀਕ ਬਰੀਕ ਅਤੇ ਲਸਣ ਵੀ ਕਰ ਲਿਆ ਥੋੜ੍ਹਾ ਜਿਹਾ ਕਿਉਂਕਿ ਜ਼ਿਆਦਾ ਨਹੀਂ ਹੈ ਥੋੜ੍ਹੀ ਮੈਂ ਕੀਤੀ ਆ ਅਤੇ ਇੱਥੇ ਅਦਰਕ ਮਿਰਚ ਦਾ ਪੇਸਟ ਵੀ ਬਣਵਾ ਲਿਆ ਅਤੇ ਅੱਧਾ ਜਿਹੜਾ ਪਿਆਜ਼ ਛੱਡਿਆ ਅਤੇ ਇਹਦੇ 'ਚ ਇੱਕ ਪਿਆਜ਼ ਹੋਰ ਕਰ ਲੈਂਦੀ ਆ ਅਤੇ ਨਾ ਪਨੀਰ ਪਿਆ ਪਨੀਰ ਦੀ ਨਾਲ ਹੀ ਬਣਾ ਲੈਂਦੀ ਆ ਮੈਂ ਭੁੱਜੀ ਅਤੇ ਪਹਿਲੇ ਦਾਲ ਨੂੰ ਲਾ ਲੈਂਦੀ ਆ ਤੜਕ ਅਤੇ ਇੱਧਰ ਤਾਜ ਵੰਸ਼ ਨੇ ਪਾਇਆ ਹੋਇਆ ਗਾ ਕਿਆ ਕਰਤਾ ਹੈ ਵੰਸ਼ੀ ਕਿਉਂ ਕਿਆ ਆਪ ਤੂੰ ਹੀ ਸੈਟਿੰਗ ਕਰੇਗਾ ਇਹ ਦੇਖੋ ਹੋ ਮੇਰੇ ਪਿੱਛੇ ਲੈ ਕੇ ਪੜਾ ਮੇਰੇ ਪਿੱਛੇ ਲੈ ਕੇ ਗੁਰਤਾਜ ਪਾਗਲ ਹੈ ਤੂੰ ਐਸੇ ਥੋੜੇ ਸੇ ਕਰਤੇ ਹੈ ਇਹ ਆਪਣਾ ਰੱਖ ਬੈਂਕ ਲੂਟ ਲੇਗੇ ਤੇਰਾ ਵੰਸ਼ੀ ਇਸਕੋ ਸੈਟਿੰਗ ਕਰਕੇ ਕਰ ਦੇ ਜਹਾਂ ਸੇ ਉਠਾਇਆ ਇਹ ਗਲਤ ਹੈ ਬਿਲਕੁਲ ਗਲਤ ਹੈ ਬਿਲਕੁਲ ਸਹੀ ਹੈ ਪਹਿਲੇ ਦੇਖ ਕੈਸੇ ਕਰ ਰਹਾ ਹੈ ਤੇ ਇੱਧਰ ਤੇਲ ਹੋ ਗਿਆ ਗਰਮ ਤੇ ਹੁਣ ਸਿਮ ਕਰ ਦਿੰਦੀ ਹਾਂ ਅਤੇ ਜੀਰਾ ਜੂਰਾ ਪਾ ਦਿੰਦੀ ਇਹਦੇ 'ਚ ਮਸਾਲਾ ਜਿਹੜਾ ਮੇਰਾ ਹੋ ਗਿਆ ਅਤੇ ਹੁਣ ਮੈਂ ਇਹਦੇ 'ਚ ਪਾ ਦਿੰਦੀ ਹਾਂ ਦਾਲ ਜਿਹੜੀ ਆਪਣੀ ਕੀਤੀ ਆ ਅਤੇ ਨਾਲ ਹੀ ਮੈਂ ਬਣਾ ਰਹੀ ਹਾਂ ਪਨੀਰ ਦੀ ਭੁਰਜੀ ਅਤੇ ਉਹਦੇ ਲਈ ਅੱਧਾ ਟਮਾਟਰ ਕੀਤਾ ਮੈਂ ਅੱਧੀ ਕੀਤੀ ਆ ਸ਼ਿਮਲਾ ਮਿਰਚ ਅਤੇ ਪਿਆਜ਼ ਡੇਢ ਕੀਤਾ ਕਿਉਂਕਿ ਪਿਆਜ਼ ਜ਼ਿਆਦਾ ਭੁੰਨਿਆ ਮੈਂ ਮੈਨੂੰ ਵਧੀਆ ਲੱਗਦਾ ਹੈ ਭੁਰਜੀ ਦੇ ਵਿੱਚ ਅਤੇ ਹੁਣ ਇਹ ਵੀ ਬਣਾ ਲੈਂਦੇ ਕਿਉਂਕਿ ਨਾ ਇਹ ਨਹੀਂ ਖਰਾਬ ਹੋ ਜਾਏਗਾ ਪਨੀਰ ਅਤੇ ਨਾਲ ਹੀ ਨਾ ਟੇਸਟੀ ਲੱਗਦੇ ਆ ਫਿਰ ਹੁਣ ਪਾ ਦਿੰਦੀ ਹਾਂ ਇਹਦੇ 'ਚ ਦਾਲ ਮੈਂ ਕਿਉਂਕਿ ਮਸਾਲਾ ਹੋ ਗਿਆ ਅਤੇ ਇੱਧਰ ਤਾਜ ਵੰਸ਼ ਨੂੰ ਦੇ ਤਾਜ ਕਿਆ ਕਰਦਾ ਬੁੱਤ ਇਹ ਇਹਦੇ ਚੱਲ ਰਿਹਾ ਤਾਜ ਵੰਸ਼ ਦਾ ਡਾਂਸ ਦਾਲ ਮੇਰੀ ਬਣ ਗਈ ਅਤੇ ਇਹਦੇ 'ਚ ਗਰਮ ਮਸਾਲਾ ਅਤੇ ਹਰਾ ਧਨੀਆ ਮੈਂ ਪਾ ਤਿਆ ਅਤੇ ਇੱਧਰ ਪਨੀਰ ਦੀ ਭੁਰਜੀ ਵੀ ਮੇਰੀ ਬਣ ਗਈ ਆ ਅਤੇ ਇਹਦੇ 'ਚ ਵੀ ਮੈਂ ਗਰਮ ਮਸਾਲਾ ਦਾ ਧਨੀਆ ਪਾ ਤਿਆ ਅਤੇ ਉਸ ਤੋਂ ਬਾਅਦ ਗੈਸ ਕਰ ਤਿਆ ਉਹ ਅਤੇ ਹੁਣ ਇਹਨੂੰ ਵੀ ਢੱਕ ਕੇ ਰੱਖ ਦਿੰਦੀ ਆ ਗੈਸ ਸ਼ਾਮ ਦੇ ਵੱਜ ਗਏ ਨੇ 7 ਵੱਜ ਗਏ ਨੇ ਅਤੇ ਹੁਣ ਤਾਜ ਵੰਸ਼ ਗਏ ਨੇ ਕਿਉਂਕਿ ਕੱਲ੍ਹ ਹੈਗਾ ਉਹਨਾਂ ਦਾ ਸ਼ੋਅ ਐਂਡ ਟੈਲ ਅਤੇ ਹੁਣ ਪ੍ਰਿੰਟ ਆਊਟ ਕਢਵਾਉਣ ਲਈ ਗਏ ਨੇ ਸਟੇਸ਼ਨਰੀ ਸ਼ੋਪ 'ਤੇ ਅਤੇ ਮੈਂ ਅੱਜ ਨਾ ਮੰਮੀ ਅਤੇ ਖੁਸ਼ੀ ਆਏ ਸੀਗੇ ਅਤੇ ਸਿਰਫ 10 ਮਿੰਟਸ ਦੇ ਲਈ ਆਏ ਅਤੇ ਪਤਾ ਵੀ ਨਹੀਂ ਲੱਗਿਆ ਹੈਗਾ ਅਤੇ ਆਉਣਾ ਜਾਣਾ ਹੀ ਕਰਿਆ ਸੀਗਾ ਬਸ ਅਤੇ ਹੁਣ ਚਲੇ ਗਏ ਸੀ ਅਤੇ ਸਿਰਫ 10 ਮਿੰਟ ਰੁਕੇ ਬਟ ਮੇਰਾ ਦਿਲ ਸੀਗਾ ਮੈਂ ਰਾਤ ਰੱਖਾਂ ਬਟ
ਮੰਮੀ ਰਹੀ ਨਹੀਂ ਹੈਗੇ ਅਤੇ ਆਏ ਸੀਗੇ 5:30 ਅਤੇ ਸਿਰਫ ਅੱਧਾ ਘੰਟਾ ਹੀ ਬਸ ਬੈਠੇ ਸੀਗੇ, ਉਸ ਤੋਂ ਬਾਅਦ ਚਲੇ ਗਏ ਸੀਗੇ ਅਤੇ ਸਿਰਫ ਚਾਹ ਪੀਤੀ ਸੀਗੀ ਅਤੇ ਫਰੂਟਸ ਜੀ ਸੀ ਜਿਹੜੇ ਇਹ ਮੰਮੀ ਹੁਣੇ ਲਿਆਏ ਸੀਗੇ, ਮੈਂ ਧੋ ਕੇ ਰੱਖਦੇ ਨੇ ਅਤੇ ਹੁਣ ਤਾਜ ਹੁਣੇ ਆ ਜਾਣ ਅਤੇ ਆਪਣਾ ਉਸ ਤੋਂ ਬਾਅਦ ਮੈਂ ਉਹਨਾਂ ਦਾ ਇਹ ਜੋ ਸ਼ੋਅ ਐਂਡ ਟੈਲ ਆ ਉਹ ਰੇਡੀ ਕਰ ਦਿੰਦੀ ਆ, ਲਾਈਨਸ ਵਗੈਰਾ ਲਿਖ ਲੈਂਦੀ ਆ ਇਹਨਾਂ ਦੇ ਅਤੇ ਪ੍ਰਪੇਅਰ ਕਰ ਦਿੰਦੀ ਆ ਇਹਨਾਂ ਨੂੰ, ਲਰਨ ਵਗੈਰਾ ਯਾਦ ਕਰਵਾ ਦਿੰਦੀ ਆ ਅਤੇ ਆਟਾ ਉੱਟਾ ਕੱਢ ਕੇ ਰੱਖਦੇ ਆ। ਮੈਂ ਰੋਟੀ ਕਿਉਂਕਿ ਬਣਾਉਣੀ ਆ ਹਾਲੇ 7:30 8 ਵਜੇ ਤੱਕ ਬਣਾਊਂਗੀ ਮੈਂ, ਕਿਉਂਕਿ ਫਿਰ ਲੇਟ ਹੀ ਬਣਾਉਂਦੇ ਹੁੰਦੇ ਆ ਨਾ, ਹੁਣ ਥੋੜ੍ਹਾ ਲੇਟ ਕਰਦੇ ਆ ਅਤੇ ਉਦੋਂ ਵੀ ਬਣਾਊਂਗੀ ਫਿਰ। ਅਤੇ ਇਹਨਾਂ ਦੀ ਯੂਨੀਫੋਰਮ ਆ ਜਿਹੜੀ ਉਹ ਵੀ ਪ੍ਰੈੱਸ ਕਰਨੀ ਆ, ਉਹ ਵੀ ਕੱਢ ਕੇ ਰੱਖਤੀ ਆ ਕਿਉਂਕਿ ਅੱਜ ਧੋਤੀ ਸੀਗੀ, ਅਜੇ ਇਹ ਹਾਊਸ ਡਰੈਸ ਪਾ ਕੇ ਗਏ ਸੀ ਨਾ ਤਾਂ ਕਰਕੇ।